ਵਿਦੇਸ਼ਾਂ ਵਿੱਚ ਵਸਦੇ ਸਿੱਖ ਮਾਪਿਆਂ ਨੂੰ ਸਿੱਖ ਸੰਸਥਾਵਾਂ ਅਤੇ ਸਿੱਖ ਸਕੂਲਾਂ ਦੇ ਸਮੂਹ ਪ੍ਰਬੰਧਕਾਂ ਅਤੇ ਅਧਿਆਪਕਾਂ ਨੂੰ ਸਨਿਮਰ ਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਹਨ, ਜਿੰਨਾ ਚਿਰ ਕਿਸੇ ਬਿਮਾਰੀ ਦੀ ਜੜ੍ਹ ਨਾ ਫੜੀ ਜਾਵੇ ਉਸਦਾ ਇਲਾਜ ਸੰਭਵ ਨਹੀਂ। ਵਿਦੇਸ਼ਾਂ ਵਿੱਚ ਵਸਦੀ ਸਿੱਖ ਕੌਮ ਦੀ ਨਵੀਂ ਪੀੜ੍ਹੀ ਵਿੱਚੋਂ ਮਾਂ ਬੋਲੀ ਕਿਵੇਂ ਗੁਆਚਦੀ ਹੈ, ਇਸ ਬਿਮਾਰੀ ਦੀ ਜੜ੍ਹ ਪਕੜੀ ਹੈ ਸਤਿਕਾਰਯੋਗ ਗਿਆਨੀ ਰਾਮ ਸਿੰਘ ਜੀ ਚਹਿਲਾਂ ਨੇ। ਜਦੋਂ ਮੈਂ ਉਹਨਾਂ ਦੀ ਪੁਸਤਕ ਪੜ੍ਹੀ, ਮੇਰੀ ਮਾਂ ਦੇ ਘਰ ਵਿੱਚ ਮੇਰੀ ਮਾਂ ਬੋਲੀ, ਤਾਂ ਮੈਨੂੰ ਪਤਾ ਲੱਗਾ ਕਿ ਜਦੋਂ ਸਾਡੇ ਬੱਚਿਆਂ ਨੂੰ ਘਰ ਵਿੱਚ ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੇ ਨਾਮ ਹੀ ਪੰਜਾਬੀ ਵਿੱਚ ਨਹੀਂ ਆਉਂਦੇ, ਤਾਂ ਉਹ ਆਪਣੀ ਮਾਂ ਦੇ ਘਰ ਵਿੱਚ ਮਾਂ ਬੋਲੀ ਨੂੰ ਤਿਆਗ ਕੇ ਅੰਗਰੇਜ਼ੀ ਬੋਲਦੇ ਬੋਲਦੇ ਇੱਕ ਦਿਨ ਆਪਣੀ ਜ਼ੁਬਾਨ ਆਪਣੀ ਮਾਂ ਬੋਲੀ ਤੋਂ ਬਹੁਤ ਦੂਰ ਚਲੇ ਜਾਂਦੇ ਹਨ। ਸਿੱਖ ਵੈਲਿਊਸ ਲਰਨਿੰਗ ਸੈਂਟਰ ਵੱਲੋਂ ਤਿਆਰ ਕੀਤੇ ਸਿਲੇਬਸ ਦੀ ਪੁਸਤਕ ਮੇਰੀ ਮਾਂ ਦੇ ਘਰ ਵਿੱਚ ਮੇਰੀ ਮਾਂ ਬੋਲੀ ਨੂੰ ਮੁਹਾਰਨੀ ਸਿਖਾਉਣ ਤੋਂ ਬਾਅਦ ਜਦੋਂ ਪੜ੍ਹਾਇਆ ਜਾਂਦਾ ਹੈ, ਇਸ ਪੁਸਤਕ ਵਿੱਚ ਘਰ ਵਿੱਚ ਪਈਆਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਨੂੰ ਤਸਵੀਰਾਂ ਸਹਿਤ ਉਹਨਾਂ ਦੇ ਪੰਜਾਬੀ ਨਾਮ ਸਿਖਾ ਕੇ ਅਤੇ ਨਾਲ ਨਾਲ ਵਾਕ ਪੜ੍ਹਨੇ ਅਤੇ ਸਿਖਾਉਣੇ ਸ਼ੁਰੂ ਕੀਤੇ ਜਾਂਦੇ ਹਨ। ਕਮਾਲ ਦੀ ਗੱਲ ਇਹ ਹੈ ਕਿ ਹਰੇਕ ਵਸਤੂ ਨਾਲ ਜੋ ਵਾਕ ਲਿਖਿਆ ਹੈ ਉਸ ਨਾਲ ਬੱਚੇ ਅੰਦਰ ਘਰੇਲੂ ਮੈਨਰਸ ਵੀ ਆਪਣੇ ਆਪ ਸਿਖਾਏ ਜਾਂਦੇ ਹਨ। ਜਿਵੇਂ ਕਿ ਜੁਰਾਬਾਂ ਦੀ ਪਿਕਚਰ ਦੇ ਨਾਲ ਜੋ ਵਾਕ ਲਿਖਿਆ ਹੈ ਕਿ ਆਗਿਆਕਾਰੀ ਪੁੱਤਰ ਅਤੇ ਧੀਆਂ ਆਪਣੀਆਂ ਜੁਰਾਬਾਂ ਇੱਧਰ ਉੱਧਰ ਨਹੀਂ ਸੁੱਟਦੇ। ਇਸ ਤਰ੍ਹਾਂ ਦਸਤਾਰ ਦੀ ਤਸਵੀਰ ਨਾਲ ਵਾਕ ਲਿਖਿਆ ਹੈ ਕਿ ਸਿੱਖ ਬੱਚੇ ਛੋਟੀ ਉਮਰ ਵਿੱਚ ਹੀ ਦਸਤਾਰ ਸਜਾਉਣੀ ਸਿੱਖ ਜਾਂਦੇ ਹਨ। ਸ਼ੀਸ਼ੇ ਦੀ ਪਿਕਚਰ ਨਾਲ ਲਿਖਿਆ ਹੈ ਕਿ ਸ਼ੀਸ਼ੇ ਵਿੱਚ ਆਪਣਾ ਰੂਪ ਦੇਖ ਕੇ ਯਾਦ ਆਉਂਦਾ ਹੈ ਕਿ ਸਾਡੇ ਕੋਲ ਗੁਰੂ ਜੀ ਦਾ ਬਖਸ਼ਿਆ ਹੋਇਆ ਪਾਵਨ ਸਰੂਪ ਹੈ। ਜਦੋਂ ਇਸ ਪੁਸਤਕ ਵਿੱਚ ਵਾਲ ਕਲੋਕ ਨੂੰ ਦੀਵਾਰ ਘੜੀ ਦੇ ਰੂਪ ਵਿੱਚ ਪੇਸ਼ ਕਰਕੇ ਆਪਣੀ ਮਾਂ ਬੋਲੀ ਵਿੱਚ ਸਮਾਂ ਦੱਸਣਾ ਸਿਖਾਇਆ ਜਾਂਦਾ ਹੈ, ਤਾਂ ਕਮਾਲ ਹੈ ਕਿ 25, 35, 45, 55 ਵਰਗੇ ਗਿਣਤੀ ਦੇ ਹਿੰਦਸੇ 1.5, 1.5, 2.5, 3.25 ਵੱਜ ਗਏ ਆਦਿ ਸਿਖਾਇਆ ਜਾਂਦਾ ਹੈ, ਤਾਂ ਘਰ ਵਿੱਚ ਮਾਂ ਬੋਲੀ ਦੇ ਕਾਇਮ ਰਹਿਣ ਦੀ ਨੀਂਹ ਪੱਕੀ ਹੁੰਦੀ ਦਿਖਾਈ ਦਿੰਦੀ ਹੈ। ਜਿਹੜੇ ਮਾਂ ਬੋਲੀ ਦੇ ਸ਼ਬਦ ਕਹਿੰਦੇ ਕੁ ਹੁੰਦੇ ਸਿੱਖ ਘਰਾਣਿਆਂ ਦੀ ਅਗਲੀ ਪੀੜ੍ਹੀ ਵਿੱਚ ਅਲੋਪ ਹੋ ਰਹੇ ਹਨ, ਉਸ ਲਈ ਗਿਆਨੀ ਰਾਮ ਸਿੰਘ ਜੀ ਵੱਲੋਂ ਤਿਆਰ ਕੀਤੀ ਇਹ ਪੁਸਤਕ ਸੋਨੇ 'ਤੇ ਸੁਹਾਗਾ ਹੈ। ਇਸ ਤੋਂ ਬਾਅਦ ਬਾਲ ਮਨਾਂ ਵਿੱਚ ਗੁਰੂ ਵਿਰਸੇ ਦਾ ਪਿਆਰ ਅਤੇ ਜਾਣਨ ਦੀ ਇੱਛਾ ਭਰਨ ਵਾਲੀ ਪੁਸਤਕ ਮੇਰੇ ਗੁਰੂ ਜੀ ਦਾ ਵਿਰਸਾ ਬਾਰੇ ਕੁਝ ਕਹਿਣ ਲੱਗਿਆਂ ਮੇਰੇ ਪਾਸੋਂ ਸ਼ਬਦ ਹੀ ਮੁੱਕ ਜਾਂਦੇ ਹਨ। ਮੈਂ ਅਗਲੀ ਵੀਡੀਓ ਵਿੱਚ ਇਸ ਪੁਸਤਕ ਬਾਰੇ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨ ਦਾ ਯਤਨ ਕਰਾਂਗਾ। ਤਦ ਤੱਕ ਲਈ ਭੁੱਲਾਂ ਚੁੱਕਾਂ ਲਈ ਖਿਮਾ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।